ਸਤਿ ਸ਼੍ਰੀ ਅਕਾਲ, ਮੈਂ ਦਲਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਟੌਪ ਪੰਜਾਬ ਟੀਵੀ। ਯਾਰੋ, ਕੀ ਹਾਲ ਚਾਲ ਨੇ ਤੁਹਾਡੇ? ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੀਪ ਮਠਾਰੂ ਨੇ ਕੁਝ ਦਿਨ ਪਹਿਲਾਂ ਸਲਫਾਸ ਖਾ ਲਈ ਸੀ ਕਿਉਂਕਿ ਉਸ ਨੂੰ ਇੱਕ ਕੁੜੀ ਨੇ ਧੋਖਾ ਦੇ ਦਿੱਤਾ, ਉਹ ਕੁੜੀ ਜੋ 10 ਸਾਲਾਂ ਤੋਂ USA ਰਹਿ ਰਹੀ ਹੈ। ਜੀ ਹਾਂ, ਦੀਪ ਦਾ ਕਹਿਣਾ ਸੀ ਕਿ ਇਹ ਕੁੜੀ ਉਸ ਨਾਲ 1 ਸਾਲ ਤੋਂ ਗੱਲ ਕਰਦੀ ਸੀ, ਉਸ ਨੂੰ ਪਿਆਰ ਕਰਦੀ ਸੀ, ਪਰ ਹੁਣ ਉਸਨੇ ਦੀਪ ਨੂੰ ਧੋਖਾ ਦੇ ਦਿੱਤਾ ਹੈ, ਹੁਣ ਉਹ ਕਿਸੇ ਹੋਰ ਮੁੰਡੇ ਨਾਲ ਗੱਲ ਕਰਦੀ ਹੈ। ਸੋ ਦੀਪ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਤੇ ਦੀਪ ਨੇ ਸਲਫਾਸ ਖਾ ਲਈ। ਸੋ ਹਾਲ ਹੀ ਵਿੱਚ ਦੀਪ ਦੀ ਭੈਣ ਨੇ ਵੀ ਆਪਣੇ ਵਿਚਾਰ ਦਿੱਤੇ ਨੇ ਤੇ ਦੀਪ ਦੀ ਭੈਣ ਨੇ ਕੀ ਕਿਹਾ ਹੈ, ਕਿਉਂ ਦਵਾਈ ਖਾਧੀ ਹੈ ਉਸਦੇ ਭਰਾ ਨੇ, ਆਓ ਤੁਹਾਨੂੰ ਉਸ ਵੀਡੀਓ ਵੱਲ ਲੈ ਚੱਲਦੇ ਹਾਂ। ਕੁੜੀ ਦੇ ਚੱਕਰ 'ਚ ਇਹਨੇ ਤਾਂ ਦਵਾਈ ਖਾ ਲਈ ਤੇ ਪਹਿਲਾਂ ਗੱਲਬਾਤ ਕਰਦੀ ਰਹੀ ਮੇਰੇ ਵੀਰ ਨਾਲ ਤੇ ਉਹਨੂੰ ਹੁਣ ਧੋਖਾ ਦੇ ਤਾ ਹੋਰ ਕਿਸੇ ਮੁੰਡੇ ਨਾਲ ਗੱਲ ਕਰਨ ਲੱਗ ਪਈ। ਕੁੜੀ ਪਹਿਲਾਂ ਕਹਿੰਦੀ ਰਹੀ ਲਾਰੇ ਲਾਉਂਦੀ ਰਹੀ, ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਵਾਂਗੀ, ਮੈਂ ਤੇਰਾ ਸਾਥ ਪੂਰਾ ਦੇਵਾਂਗੀ। ਮੁੜ ਕੇ ਉਹਨੇ ਧੋਖਾ ਦੇ ਤਾ, ਇਹ ਕਹਿਣ ਲੱਗੇ ਮੈਂ ਦਵਾਈ ਖਾ ਲੈਣੀ, ਉਹਦੇ ਪਿੱਛੇ ਲੱਗ ਕੇ ਦਵਾਈ ਖਾ ਲੈਣੀ। ਮੁੜ ਕੇ ਮੈਨੂੰ ਪਤਾ ਨਹੀਂ ਚੱਲਿਆ ਇਹਨੇ ਦਵਾਈ ਖਾ ਲਈ, ਮੈਨੂੰ ਡੈਡੀ ਜੀ ਦਾ ਫੋਨ ਆਇਆ ਕਹਿੰਦੇ ਇਹਨੇ ਦਵਾਈ ਖਾ ਲਈ ਹੈ। ਹਾਂਜੀ, ਵੀਡੀਓ ਵੀ ਕੀਤੀ ਸੀ ਕਿ ਇਹਨੇ ਤੇ ਕਹਿੰਦਾ ਵਿੱਚ ਕਹਿ ਰਿਹਾ ਕਹਿੰਦਾ ਮੈਂ ਦਵਾਈ ਖਾ ਲਈ ਹੈ, ਮਨਜਿੰਦਰ ਮੁੰਡਾ ਉਹਦੇ ਨਾਲ ਗੱਲਬਾਤ ਕਰਦੀ ਹੈ ਤੇ ਇਸ ਕਰਕੇ ਮਤਲਬ ਦਵਾਈ ਖਾ ਲਈ। ਜੇ ਇਹ ਫੋਨ ਲਾਉਂਦਾ ਸੀ ਉਹਨੂੰ ਬਿਜ਼ੀ ਹੁੰਦਾ ਸੀ ਫੋਨ ਉਹਦਾ ਤੇ ਇਹ ਇਹਨੂੰ ਫਿਰ ਸ਼ੱਕ ਪੈਣ ਲੱਗ ਪਿਆ ਇਹ ਕਿਸੇ ਮੁੰਡੇ ਨਾਲ ਗੱਲਬਾਤ ਕਰਦੀ ਹੈ ਤੇ ਇਹ ਕਹਿੰਦਾ ਮੈਂ ਦਵਾਈ ਖਾ ਲੈਣੀ ਹੈ। ਹਾਂਜੀ ਮਿੱਤਰੋ, ਕਮੈਂਟਾਂ 'ਚ ਵਿਚਾਰ ਜ਼ਰੂਰ ਦਿਓ ਕਿ ਦੀਪ ਮਠਾਰੂ ਨੇ ਸਹੀ ਕੀਤਾ ਜਾਂ ਫਿਰ ਨਹੀਂ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ, ਹੁਣ ਸਾਨੂੰ ਦਿਓ ਇਜਾਜ਼ਤ ਅਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ।